मम्मी रोटी खा लो। बेवकूफ है, कोई ना काम ढंग नाल कर लिया कर। मम्मी मैं होर लेके आऊंगी। दाल सब्जी तो ऐ बनाउंदी है जिवें डंगरां ने खानी हुंदी आ, बोरी भर के लूण दी सट दिंदी है। अपनी मां तो जह जी कोको हो जाए कोक के बच्चे। मम्मी मैं तो तंग आई पई हां इहो जी जिंदगी तो, हर टाइम मेहने हर टाइम मेहने, की सबर करा। जल्दी आ जाओ, अज नबेड़ा कर ही लेना। जे तुसी हुण भी ना आए ना तो तुसी मेरी मरी दा मुंह देखोगे। ट्रेनिंग सेंटर खोलिया होया है, इनू लै जाओ महीना खंड उत्थे मत दे के भेजो, नाले इत्थे तां इनू मोबाइल तो ही नहीं फुर्सत मिलदी हैगी। मम्मी जी तुसी तो हुण अपनी अखी देख लिया ना की हाल है इत्थे मेरा। तुहाडे डाक्टर होण दा ते डैडी दे सरपंच होण दा मैनू की फायदा, मैं किन्नी दुखी आ इत्थे। ओ तां करमनदीप सिंह किथे आए? ओ तां ऑफिस गए ने, ओहना दे मगरों ही तां सारा सियापा पैंदा आ। ओहना दे मूहरे तां इन्नी मिठी बन के रहिंदी आ ये मोमो ठगणी। धीए सबर कर, सबर सब ठीक हो जाऊ। होर किन्ना तां सबर करा मम्मी जी। मम्मी तुहाडे कोले कोई एदां दी दवाई नहीं जिन्नू खांदे सारे बंदा पार हो जावे? हाँ ये जिया दवाइया तो बहुत हुंदियां ने, पर तू क्यों पूछ रही है? जा मेनू दे दियो, जा मेरी सास नू दे दियो। कुड़िए तू ये की करी है? मैं जहर हो भी मैं? तेरा दिमाग तो नहीं खराब हो गया कुड़िए? तुसी खराब ही समझो, मेनू जहर चाहिए जहर दिनू दे के मैं अपनी सास का रोज रोज ना झंझट ही मका दूंगा। मैं डॉक्टर हाँ जलाद नहीं, तेरा दिमाग तो नहीं खराब हो गया? चंगा फिर जे थोड़े को ना कुछ हुंदा दिन दी दवाई आ, दाल सब्जी चाह च पा के एक गोली अपनी सस नू दे चली। पर कुड़िए ध्यान रखी किते उही गल ना करी, इन्ना दिनां दे विच तेनू अपनी सस दा पूरा ख्याल पूरा ध्यान रखना पऊगा, ऐन पूरे वधिया तरीके नाल उहदी सेवा करनी पऊगी, तां कि जे कोई कल नू गल हुंदी आ तेरे ते शक ना आवे, करमदीप नू भी तेरे ते कोई शक ना होवे। देखी पुत उही काम ना होवे। एक बार फिर सोच लो, आपां किते कोई गलती तां नहीं कर रहे? लै इह वी आ गई। ਭਰਾ ਜੀ ਥੋੜਾ ਹੋਰ ਰੁਕ ਜਾਂਦੇ, ਮੈਂ ਤਾਂ ਤੁਹਾਡੇ ਲਈ ਰੋਟੀ ਤਿਆਰ ਕਰ ਦਿੰਦੀ। ਚੰਗਾ ਭੈਣ ਜੀ।
ਲੱਗਦੇ ਨੇ। ਆ ਫੜੀ ਗਲਾਸ ਤੁਸੀਂ ਪਾਓ ਮੰਮੀ ਜੀ ਇੱਥੇ ਇੱਧਰ ਆਓ ਤੁਸੀਂ ਇੱਧਰ ਥਕਾਵਟ ਥੋੜੀ ਹੁੰਦੀ ਆ ਸਗੋਂ ਮਨ ਨੂੰ ਸਕੂਨ ਮਿਲਦਾ ਆ। ਬਿਲਕੁਲ ਆ ਤਾਂ ਤੇਰੀ ਗੱਲ ਬਿਲਕੁਲ ਸਹੀ ਹੈ। ਫਿਕਰ ਕਿਉਂ ਨਾ ਕਰਾਂ, ਤੁਹਾਡੇ ਤੋਂ ਬਿਨਾਂ ਸਾਡਾ ਹੈ ਹੀ ਕੌਣ। ਮੈਂ ਇੰਨੀ ਸੌਖੀ ਨੀ ਮਰਦੀ ਕੁੜੇ, ਨਾਲੇ ਮੇਰੀ ਆਹ ਧੀ ਦੀ ਸੇਵਾ ਨੇ ਮੈਨੂੰ ਮਰਨ ਹੀ ਨੀ ਦੇਣਾ। ਸਾਡੀ ਧੀ ਤੰਗ ਤਾਂ ਨੀ ਕਰਦੀ? ਹੋਰ ਭੈਣ ਜੀ ਠੀਕ ਠਾਕ ਹੋ? ਹਾਂ ਮੈਂ ਠੀਕ ਹਾਂ। ਚਲੋ ਤੁਸੀਂ ਬੈਠ ਕੇ ਗੱਲਾਂ ਕਰੋ, ਮੈਂ ਜਰਾ ਗੁਰਦੁਆਰੇ ਜਾ ਰਿਹਾ। ਤੇਰੀ ਸੱਸ ਨੂੰ ਕੀ ਹੋ ਗਿਆ? ਇਹ ਤਾਂ ਦਵਾਈ ਦਾ ਅਸਰ ਆ, ਮਹੀਨਾ ਹੋ ਗਿਆ ਹੁਣ ਕਿਸੇ ਵੀ ਟਾਈਮ। ਮੰਮੀ ਤੁਸੀਂ ਕੁਛ ਨਾ ਕਹੋ, ਤੁਸੀਂ ਕਿਸੇ ਵੀ ਤਰ੍ਹਾਂ ਕਰਕੇ ਜ਼ਹਿਰ ਦਾ ਅਸਰ ਖਤਮ ਕਰੋ। ਜ਼ਹਿਰ ਆਪਣਾ ਕੰਮ ਕਰ ਚੁੱਕਿਆ ਕਰਦਾ, ਪਰ ਤੁਸੀਂ ਕੁਛ ਵੀ ਕਰਕੇ ਮੇਰੀ ਮੰਮੀ ਨੂੰ ਬਚਾਓ। ਧੀਏ ਮੈਂ ਤਾਂ ਆਪ ਹੀ ਜ਼ਹਿਰ ਦਿੱਤੀ ਆ ਆਪਣੀ ਮਾਂ ਨੂੰ। ਮੈਨੂੰ ਤਾਂ ਹੁਣ ਖੁਸ਼ ਹੋਣਾ ਚਾਹੀਦਾ, ਜੋ ਤੂੰ ਚਾਹੁੰਦੀ ਸੀ ਉਹ ਹੋ ਗਿਆ। ਨਹੀਂ, ਜੇ ਮੇਰੀ ਇਸ ਮਾਂ ਨੂੰ ਕੁਛ ਹੋ ਗਿਆ ਨਾ ਤਾਂ ਵਿਜੇ ਨੂੰ ਪਤਾ ਨੀ ਕੀ ਹੋ ਗਿਆ, ਬੇਸੁਰਤ ਹੋਏ ਪਏ ਨੇ। ਮੈਂ ਬਥੇਰੀਆਂ ਆਵਾਜ਼ਾਂ ਮਾਰੀਆਂ, ਸਮਝ ਨਹੀਂ ਹੋ ਗਿਆ। ਚੱਲ ਆਪਣੇ ਮੰਮੀ ਡੈਡੀ ਨੂੰ ਨੀਚੇ ਲਿਜਾ ਕੇ ਚਾਹ ਪਾਣੀ ਪਿਲਾ। ਜਾ ਕਰਮਿਆ ਤੂੰ ਵੀ ਤਾਂ ਲੈ ਕੇ ਆ ਨਾ, ਸਮੋਸੇ ਲਿਆ, ਗੁਲਾਬ ਜਾਮਣਾ ਲਿਆ। ਜੇ ਇਹ ਮੈਨੂੰ ਆਪਣੀ ਮਾਂ ਸਮਝਦੀ ਆ, ਤੂੰ ਵੀ ਤਾਂ ਇਹਨਾਂ ਨੂੰ ਆਪਣੇ ਮੰਮੀ ਡੈਡੀ ਸਮਝਣਾ ਹੈ ਨਾ। ਬਿਲਕੁਲ ਮੰਮੀ ਜੀ, ਹੁਣੇ ਲੈ ਕੇ ਆਉਣਾ ਮੈਂ ਨਾ। ਆਰਾਮ ਕਰੋ ਤੁਸੀਂ ਨਾ। ਹਾਂ ਠੀਕ ਆ, ਮੈਂ ਜਾਣਾ ਹੁਣੇ। ਹਾਂ ਆ ਜਾਓ ਜੀ, ਆ ਜਾਓ ਜੀ। ਹਾਂ ਸ਼ੁਕਰ ਸ਼ੁਕਰ ਹੈ ਬਾ ਸ਼ੁਕਰ। ਮੰਮੀ ਜੀ ਬੈਠੋ ਤੁਸੀਂ। ਹਾਂ ਹਾਂ ਤੁਸੀਂ ਬੈਠੋ, ਮੈਂ ਨਾ ਜਰਾ ਇੱਕ ਬਜ਼ਾਰਾਂ ਸਮਾਨ ਲੈ ਆਉਣਾ ਫਿਰ। ਹਾਂ ਠੀਕ ਹੈ। ਮੰਮੀ ਮੇਰੀ ਮਾਂ ਜੀ ਨੂੰ ਕੁਝ ਹੋਊਗਾ ਤਾਂ ਨਹੀਂ ਨਾ? ਉਹ ਨਹੀਂ ਕੁਛ ਨਹੀਂ ਹੁੰਦਾ, ਤੇਰੀ ਮਾਂ ਜੀ ਨੂੰ ਦਿਮਾਗ ਤੋਂ ਟੈਨਸ਼ਨ ਲਾ ਦੇ ਤੇ ਫਿਰ ਉਹ ਜ਼ਹਿਰ ਉਹ ਜ਼ਹਿਰ ਹੈ ਹੀ ਨਹੀਂ ਸੀ। ਉਹ ਤਾਂ ਤੱਕ ਦੀਆਂ ਗੋਲੀਆਂ ਸੀ ਜਿਨ੍ਹਾਂ ਨੂੰ ਖਾ ਕੇ ਭੈਣ ਜੀ 9 ਵਾਰ 9 ਹੋ ਗਏ। ਨਾਲੇ ਤੈਂ ਕਿਵੇਂ ਸੋਚ ਲਿਆ ਵੀ ਮੈਂ ਐਡਾ ਵੱਡਾ ਜਾ ਅਸੀਂ ਐਡਾ ਵੱਡਾ ਗੁਨਾਹ ਕਰ ਲਾਂਗੇ। ਵੀ ਧੰਨੋ ਤੁਸੀਂ ਲੋਕ ਐਵੇਂ ਕਹਿੰਦੇ ਆ ਵੀ ਕੁੜੀ ਦੇ ਜਿਹੜੇ ਮਾਪੇ ਆ ਨਾ ਆਪਦੀ ਧੀ ਦਾ ਹੀ ਘਰ ਪੱਟਦੇ ਨੇ। ਹੋ ਸਕਦਾ ਥੋੜੇ ਬਹੁਤੇ ਮਾਂ ਬਾਪ ਇੱਦਾਂ ਦੇ ਹੋਣ ਵੀ, ਪਰ ਤੁਹਾਡੇ ਵਰਗੇ ਚੰਗੇ ਮਾਂ ਬਾਪ ਦੀ ਵੀ ਦੁਨੀਆ 'ਚ ਕੋਈ ਕਮੀ ਨਹੀਂ ਜਿਹੜੇ ਆਪਣੀ ਧੀ ਦਾ ਘਰ ਸਵਾਰਦੇ ਵੀ। ਪਰ ਗਲਤੀ ਤਾਂ ਸਾਡੀ
ਗਲਤੀ ਹੋਈ ਆ, ਪਾਪ ਹੋਇਆ, ਪਰ ਇਹਦੇ ਨਾ ਅੱਖਾਂ ਦੇ ਜਿਹੜੇ ਹੰਝੂ ਨੇ ਉਹ ਇਹਦਾ ਪਛਤਾਵੇ ਨੂੰ ਦੱਸ ਰਹੇ ਨੇ। ਇਹਨੇ ਤਾਂ ਆਪਣੇ ਪਾਪ ਆਪਣੇ ਹੰਝੂਆਂ ਨਾਲ ਧੋ ਹੀ ਲਏ। ਉਹ ਕਾਕਾ ਬਸ ਕਰ, ਇਹਨਾਂ ਨੂੰ ਸਮੋਸੇ ਸਮੋਸੇ ਵੀ ਖਵਾ ਕੋਈ। ਭੈਣ ਜੀ ਸਮੋਸੇ ਤਾਂ ਅਸੀਂ ਖਾ ਕੇ ਜਾਵਾਂਗੇ।